ਸ਼ਬਾਸ਼ ਗੁਰੂਆਂ ਪੀਰੇ ਹਰ ਨਹੀਂ ਸਕਦਾ ਵੈਲਕਮ ਮੈਡਮ ਸਭ ਠੀਕ ਠਾਕ ਤਾਂ ਹੈ ਅਸੀਂ ਜਰਾ ਵੱਖਰੇ ਟਾਈਪ ਦੇ ਲੋਕ ਹਾਂ ਖਿਆਲ ਰੱਖਣਾ ਸਰ ਕਾਰ ਤੇ ਟਾਈਮ ਤੇ ਪਹੁੰਚ ਗਈ ਸੀ ਨਾ ਸਰ ਕਾਰ ਤੇ ਟਾਈਮ ਤੇ ਪਹੁੰਚ ਗਈ ਸੀ ਸਾਡਾ ਜਹਾਜ਼ ਹੀ ਕੁਝ ਲੇਟ ਪਹੁੰਚਿਆ ਆਈ ਲਾਈਕ ਇਟ ਪਾਪਾ ਇਟਸ ਅ ਵੰਡਰਫੁਲ ਪਲੇਸ ਇਹ ਤਾਂ ਤੁਸੀਂ ਸਮਝ ਗਏ ਹੋਗੇ ਕਿ ਮੈਂ ਵਿਦੇਸ਼ ਤੋਂ ਆਇਆ ਵਾਂ ਬਾਹਰ ਬੰਗਲੇ ਤੇ ਨੇਮ ਪਲੇਟ ਲੱਗੀ ਹੋਈ ਹੈ ਜਿਸ ਤੇ ਲਿਖਿਆ ਹੋਇਆ ਐਨ ਆਰ ਆਈ ਕਿਸੇ ਕੰਪਨੀ ਦਾ ਨਾਂ ਨਹੀਂ ਹੈ ਮੇਰਾ ਨਾਂ ਹੈ ਨੱਥੂ ਰਾਮ ਇਨਕਲਾਬੀ ਮੈਂ ਕੋਈ ਸ਼ਾਇਰ ਨਹੀਂ ਹਾਂ ਹਾਂ ਦੇਸ਼ ਦੀ ਆਜ਼ਾਦੀ ਵੇਲੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਜ਼ਰੂਰ ਲਾਏ ਸੀ ਬਸ ਯਾਰਾਂ ਦੋਸਤਾਂ ਨੇ ਮੇਰਾ ਨਾਂ ਇਨਕਲਾਬੀ ਪਾ ਦਿੱਤਾ ਮੈਂ ਕਿਸ ਮਾਹੌਲ 'ਚ ਵਿਦੇਸ਼ ਗਿਆ ਸੀ ਇਹ ਤਾਂ ਮਗਰੋਂ ਦੱਸਾਂਗਾ ਪਰ ਹਾਂ ਇੰਨਾ ਜ਼ਰੂਰ ਦੱਸ ਦੇਣਾ ਚਾਹੁੰਦਾ ਵਾਂ ਮੈਂ ਤੇ ਮੇਰੀ ਵਹੁਟੀ ਨੇ ਦਿਨ ਰਾਤ ਮਿਹਨਤ ਕਰਕੇ ਕਰੋੜਾਂ ਰੁਪਏ ਕਮਾਏ ਨੇ ਇਹ ਮੇਰੀ ਬੱਚੀ ਹੈ ਨਿੱਕੀ ਆਪਣੇ ਫਰੈਂਡ ਨੂੰ ਲੱਭਣ ਆਈ ਹੈ ਤੇ 40 ਸਾਲ ਬਾਅਦ ਆਪਣੇ ਦੇਸ਼ ਦੀ ਹਕੂਮਤ ਦੇ ਸੱਦੇ 'ਤੇ ਮੈਂ ਇੱਥੇ ਆਪਣਾ ਬਿਜ਼ਨਸ ਕਰਨ ਆਇਆ ਵਾਂ ਤੇ ਕੱਲ੍ਹ ਮਿਨਿਸਟਰ ਸਾਹਿਬਾਂ ਨੂੰ ਮਿਲਣ ਜਾ ਰਿਹਾ ਵਾਂ ਇਸ ਵਾਸਤੇ ਲੋਕ ਮੈਨੂੰ 2-in-1 ਕਹਿ ਦਿੰਦੇ ਆ ਤੇ ਮੈਂ ਇਹ ਗੱਲ ਲੋਕਾਂ ਚ ਆਮ ਫੈਲਾ ਰੱਖੀ ਹੈ ਕਿ ਤੁਸੀਂ ਖਾਲੀ ਹੱਥ ਆਓ ਨਾ ਤੇ ਮੈਂ ਤੁਹਾਨੂੰ ਖਾਲੀ ਹੱਥ ਜਾਣ ਨਹੀਂ ਦਿੰਦਾ ਘਬਰਾਉਣ ਦੀ ਲੋੜ ਨਹੀਂ ਇਹ ਮੇਰੀ ਲੜਕੀ ਹੈ ਕਿਸੇ ਨਾਲ ਲੜ ਰਹੀ ਹੋਣੀ ਹੈ ਇਹਨੂੰ ਲੜਨ ਦਾ ਤਕਰੀਬਨ ਬਹੁਤ ਹੀ ਸ਼ੌਕ ਹੈ ਇਹ ਵੱਡੇ ਘਰਾਂ ਦੀਆਂ ਵੱਡੀਆਂ ਹੀ ਮਿਰਚਾਂ ਵੱਡੇ ਘਰਾਂ ਦੀਆਂ ਕੁੜੀਆਂ ਦੇ ਸ਼ੌਕ ਵੀ ਵੱਡੇ ਹੁੰਦੇ ਹੈ ਬੜੀ ਚੰਚਲ ਹੈ ਫਿਲਮਾਂ ਦੇਖਣ ਦਾ ਬਹੁਤ ਸ਼ੌਕ ਹੈ ਪਿਛਲੇ ਸਾਲ ਫਿਲਮ ਹਿੱਟ ਹੋਈ ਸੀ ਰਾਮ ਤੇਰੀ ਗੰਗਾ ਮੈਲੀ ਹੈ ਤਾਂ ਆਪ ਦਿਨਾਂ ਗੰਗਾ ਰੱਖੀ ਉੱਤੇ ਬਹਿ ਗਈ ਫਿਰ ਫਿਲਮ ਹਿੱਟ ਹੋਈ ਚਾਂਦਨੀ ਤਾਂ ਆਪ ਦਿਨਾਂ ਚਾਂਦਨੀ ਰੱਖੀ ਫਿਰਦੀ ਹੈ ਮੇਰਾ ਖਿਆਲ ਹੈ ਹੁਣ ਨਸੀਬੋ ਗੁਲਾਬੋ ਆ ਗਈਆਂ ਤਾਂ ਆਪਦਾ ਨਾਮ ਉਹ ਰੱਖ ਕੇ ਬੈਠ ਜਾਏਗੀ ਇਹ ਮੇਰਾ ਬੇਟਾ ਗਗਨ ਕਾਲਜ ਪੜ੍ਹਦਾ ਪੜ੍ਹਦਾ ਕਿ ਨਹੀਂ ਪੜ੍ਹਦਾ ਇਸ ਬਾਰੇ ਦਾ ਤੁਸੀਂ ਐਨਆਰਆਈ ਸਾਹਿਬ ਆ ਗਏ ਜੀ ਮਿਨਿਸਟਰ ਸਾਹਿਬ ਸੁਣੇ ਇੰਤਜ਼ਾਰ ਕਰ ਰਹੇ ਹੈ ਬਨਵਾਰੀ ਤੁਸੀਂ ਇੱਥੇ ਬੈਠੋ ਮੈਂ ਮਿਲ ਕੇ ਆ ਰਹੇ ਇਨਕਲਾਬੀ ਸਾਹਿਬ ਆਏ ਹੈ ਜੀ ਆਓ ਆਓ ਇਨਕਲਾਬੀ ਸਾਹਿਬ ਵਾਕਈ ਤੁਸੀਂ ਵਕਤ ਦੇ ਬੜੇ ਪਾਬੰਦ ਹੋ ਬੈਠੋ ਤੁਸੀਂ ਬਾਹਰ ਬੈਠੋ ਜ਼ਰਾ ਮੈਂ ਇਹਨਾਂ ਨਾਲ ਗੱਲ ਕਰ ਲਵਾਂ ਮੈਂ ਕਿਹਾ ਤੁਸੀਂ ਬਾਹਰ ਬੈਠੋ ਸ਼ੁਕਰੀਆ ਮੰਤਰੀ ਸਾਹਿਬਾ ਅਸੀਂ ਵਿਲਾਇਤੀ ਜੱਟ
ਜਰਾ ਵੱਖਰੇ ਟਾਈਪ ਦੇ ਬੰਦੇ ਆ। ਉਹ ਤੇ ਮੈਨੂੰ ਪਤਾ ਹੈ। ਕਮਾਲ ਦੀ ਗੱਲ ਹੈ, ਇਹ ਨੱਥੂ ਰਾਮ ਇਨਕਲਾਬੀ ਵੱਖਰੀ ਟਾਈਪ ਦਾ ਬੰਦਾ ਹੀ ਹੈ, ਜਿਹਦੇ ਨਾਲ ਮਿਨਿਸਟਰ ਸਾਹਿਬਾਂ ਮਤਲਬ ਮੇਰੀ ਘਰ ਵਾਲੀ ਇਕੱਲੀ ਕਮਰੇ 'ਚ ਗੁਫਤਗੂ ਕਰਨ ਲੱਗ ਗਈ। ਖੈਰ ਕੋਈ ਗੱਲ ਨਹੀਂ, ਕੰਮ ਤਾਂ ਮੇਰੇ ਸ਼ੁਰੂ ਹੀ ਹੋਣਾ ਹੈ। ਕਿਸੇ ਨੂੰ ਕਿਸੇ ਕਿਸਮ ਦੀ ਕੋਈ ਪਰਸੈਂਟੇਜ ਨਹੀਂ ਦੇਣੀ, ਤੁਹਾਡਾ ਕੰਮ ਟੌਪ ਪ੍ਰਾਇਓਰਿਟੀ 'ਤੇ ਹੋ ਜਾਏਗਾ। ਮੈਂ ਸੰਬੰਧਿਤ ਅਫਸਰਾਂ ਨੂੰ ਖਾਸ ਹਿਦਾਇਤਾਂ ਭੇਜ ਦਿੱਤੀਆਂ ਨੇ। ਬਾਕੀ ਤੁਸੀਂ ਕਿਸੇ ਵੇਲੇ ਜਾ ਕੇ ਉਦਯੋਗਿਕ ਸਲਾਹਕਾਰ ਨੂੰ ਮਿਲ ਲੈਣਾ, ਉਹ ਇਸ ਸੰਬੰਧ 'ਚ ਤੁਹਾਡੀ ਪੂਰੀ ਪੂਰੀ ਮਦਦ ਕਰੇਗਾ। ਤੇ ਮੈਨੂੰ ਤੇ ਤੁਸੀਂ ਕਿਸੇ ਵੀ ਵੇਲੇ ਬਿਨਾਂ ਅਪੁਆਇੰਟਮੈਂਟ ਦੇ ਵੀ ਮਿਲ ਸਕਦੇ ਹੋ। ਥੈਂਕ ਯੂ ਵੈਰੀ ਮਚ। ਬਗੈਰ ਅਪੁਆਇੰਟਮੈਂਟ ਅੰਦਰ ਆ ਸਕਦੇ ਹੋ, ਤੇ ਜਿਨ੍ਹਾਂ ਦੀ ਅਪੁਆਇੰਟਮੈਂਟ ਲਈ ਹੈ ਉਹਨਾਂ ਦਾ ਕੀ ਬਣੂਗਾ? ਮੈਂ ਤਾਂ ਘਰ ਵਾਲੇ ਨੂੰ ਮਿਨਿਸਟਰ ਬਣਵਾ ਕੇ ਘਰ ਵਾਲੇ ਗਵਾ ਕੇ ਬਹਿ ਗਿਆ। ਖੈਰ ਕੋਈ ਗੱਲ ਨੀ, ਗੱਫਾ ਵੀ ਮੈਂ ਹੀ ਗਵਾਇਆ ਹੈ, ਇਹਦੇ ਨਾਲ ਠੱਪ ਕਰਕੇ ਦੇਖ ਲੈਂਦੇ ਹਾਂ। ਕੁਛ ਬੰਦੇ ਨੇ ਤੁਹਾਡੀ ਅਪੁਆਇੰਟਮੈਂਟ ਲੈ ਰੱਖੀ ਸੀ, ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੈ। ਤੁਸੀਂ ਉਹਨਾਂ ਨੂੰ ਬਾਹਰ ਆ ਕੇ ਮਿਲੋਗੇ ਕਿ ਉਹਨਾਂ ਨੂੰ ਅੰਦਰ ਬੁਲਾਵਾਂ? ਤੁਸੀਂ ਉਹਨਾਂ ਨੂੰ ਬਿਠਾਓ, ਮੈਂ ਹੁਣੇ ਆਉਂਦੀ ਹਾਂ। ਅੱਛਾ, ਮੈਂ ਚੱਲਣਾ ਵਾ, ਫਿਰ ਕਿਤੇ ਲੈ ਕੇ ਮਿਲਾਂ। ਤਾਰਾ ਜੀ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਮਿਲਾ ਹੈ ਮੰਤਰੀ ਜੀ ਨੂੰ, ਬੜੀ ਚੰਗੀ ਤਰ੍ਹਾਂ ਮਿਲੀ, ਹਰ ਤਰ੍ਹਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ। ਡਾਰਲਿੰਗ, ਜੇ ਤੂੰ ਆਖੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਜਾ ਕੇ ਆਪਣੇ ਬਾਪੂ ਨੂੰ ਮਿਲਾਵਾਂ। ਪਹਿਲਾਂ ਆਪਣੇ ਫਰੈਂਡ ਨੂੰ ਤਾਂ ਲੱਭ ਲੈ, ਜਿਹਨੂੰ ਪੜ੍ਹਾਈ ਛੱਡ ਕੇ ਇੱਥੇ ਲੱਭਣ ਆਈ ਹੈ। ਗਰਮਾ ਵਾਲੀ ਗੱਲ ਤਾਂ ਤੇਰੀ ਚੰਗੀ ਹੈ, ਪਰ ਸਾਡੇ ਬਾਪੂ ਜੀ ਕੁਝ ਵੱਖਰੇ ਟਾਈਪ ਦੇ ਬੰਦੇ ਨੇ, ਜਿਹਨਾਂ ਹਾਲਾਤਾਂ 'ਚ ਮਜਬੂਰ ਹੋ ਕੇ ਮੈਨੂੰ ਪਿੰਡ ਛੱਡ ਕੇ ਜਾਣਾ ਪਿਆ ਸੀ। ਪਹਿਲਾਂ ਮੈਂ ਉੱਥੇ ਜਾ ਕੇ ਵੇਖ ਆਵਾਂ ਕਿ ਹਾਲਾਤ ਬਦਲੇ ਕਿ ਨਹੀਂ ਬਦਲੇ। ਪਾਪਾ, ਫਿਰ ਤੁਸੀਂ ਵਾਪਸ ਕਦ ਆਓਗੇ? ਇਹ ਤਾਂ ਤੇਰੇ ਦਾਦਾ ਜੀ ਦੇ ਮੂਡ ਤੇ ਡਿਪੈਂਡ ਕਰਦਾ ਪੁੱਤਰ, ਜੇ ਉਹਨਾਂ ਦਾ ਮੂਡ ਠੀਕ ਹੋਇਆ ਤਾਂ ਮੈਂ ਉੱਥੇ ਕੁਝ ਦਿਨ ਰਹਾਂਗਾ ਤੇ ਨਾਲ ਉਹਨੂੰ ਨਾਲ ਲੈਂਦਾ ਆਵਾਂਗਾ। ਜੇ ਮੂਡ ਠੀਕ ਨਾ ਹੋਇਆ ਤੇ ਖੋਟੇ ਪੈਸੇ ਨੂੰ ਵਾਪਸ ਆ ਜਾਣਾ। ਗੁਰੂਆਂ ਪੀਰਾਂ ਦੀ ਇਹ ਹਰ ਨਹੀਂ ਸਕਦਾ, ਇਹਨੂੰ ਬਖਸ਼ਿਸ਼ ਗੁਰੂਆਂ ਪੀਰਾਂ ਦੀ ਇਹ ਹਰ ਨਹੀਂ ਸਕਦਾ। ਟੀਵੀ ਸਟੇਸ਼ਨ ਟੈਲੀਫੋਨ ਕਰਕੇ ਮਿਸਟਰ ਚਿੰਦਾ ਦਾ ਐਡਰੈਸ ਔਰ ਟੈਲੀਫੋਨ ਨੰਬਰ ਪਤਾ ਕਰਕੇ ਦੱਸੋ।
ਲੰਘਿਆ ਨਥਿਆ ਬੂਆ ਖੁੱਲ ਆਈ ਮੈਂ ਤੇਰੇ ਪੈਰਾਂ ਦਾ ਖੜਾਕ ਗਲੀ ਚ ਸੁਣ ਲਿਆ ਬਾਪੂ ਜੀ ਪੈਰ ਹੀ ਪੈਂਦਾ ਵਾ ਜਿਉਂਦਾ ਰਹੋ 40 ਸਾਲਾਂ ਬਾਅਦ ਘਰ ਪਰਤੇ ਹਾਂ ਇਸ ਘਰ ਦਾ ਵਿਹੜਾ ਤੇ ਪੈਰਾਂ ਨੂੰ ਚੁੰਮਦਾ ਹੈ ਤੇ ਕੀਰ ਨੇ ਪਾ ਪਾ ਕੇ ਦੱਸਦਾ ਹੈ ਮਰਨ ਵੇਲੇ ਤੇਰੀ ਮਾਂ ਦੇ ਬੁੱਲਾ ਤੇ ਸਿਰਫ ਤੇਰਾ ਨਾਂ ਸੀ ਸਿਰਫ ਤੇਰਾ ਮੈਂ ਉਸਦੀ ਬਿਮਾਰੀ ਦੀ ਖਬਰ ਤੈਨੂੰ ਚਿੱਠੀ ਰਾਹੀਂ ਭੇਜੀ ਤਾਰ ਰਾਹੀਂ ਦੱਸਿਆ ਫੋਨ ਤੇ ਵੀ ਅਗਾਹ ਕੀਤਾ ਪਰ ਤੂੰ ਨਾ ਆਇਆ ਕੀ ਵੇਖਾਂ ਨਥਿਆ ਘਰੋਂ ਕੱਢਣ ਵੇਲੇ ਮੈਂ ਆਪਣੀ ਅੱਖਾਂ ਵਿੱਚ ਗੁੱਸੇ ਦੀਆਂ ਸਲਾਈਆਂ ਫੇਰ ਲਈਆਂ ਸਨ ਹੁਣ ਕਿਹੜੀ ਅੱਖਾਂ ਨਾਲ ਤੈਨੂੰ ਵੇਖਾਂ ਉਹ ਤੇਰੀਆਂ ਅੱਖਾਂ ਤੇ ਠੀਕ ਸਨ ਤੂੰ ਤੇ ਮਾਂ ਦੇ ਆਖਰੀ ਦਰਸ਼ਨ ਕਰਨ ਆ ਸਕਦਾ ਸੀ ਜੇ ਆ ਜਾਂਦੋ